ਲਓ ਬਈ, ਆਪਾਂ ਵੇਖ ਰਹੇ ਸਾਂ ਕਪਲ ਭਾਜੀ ਦਾ ਸ਼ੋਅ, ਤੇ ਉਹਦੇ ਵਿੱਚ ਆਏ ਨੇ ਜੀ ਯੁਵਰਾਜ। ਹਰੇ ਤੱਕ ਤਾਂ ਯੁਵਰਾਜ ਹੀ ਆਏ ਨੇ, ਯੁਵਰਾਜ ਆ ਗਿਆ। ਹੈਜ਼ਲ ਜਿਹੜੀ ਉਹ ਤਾਂ ਨਹੀਂ ਆਈ ਹਰੇ, ਵੇਖਦੇ ਹਾਂ ਅੱਗੇ ਜਾ ਕੇ ਆਉਂਦੀ ਹੈ। ਤੇਰੇ ਮਾਰ ਦਿਆਂਗਾ। ਅੱਛਾ ਯੂਵੀ ਭਾਜੀ ਇਤਨੇ ਖਤਰਨਾਕ ਪਲੇਅਰ ਹੈ, ਲੇਕਿਨ ਫਿਰ ਵੀ ਇਨਕਾ ਕਹਿਣਾ ਕਿ ਮੁਝੇ ਮੁਥਈਆ ਮੁਰਲੀਧਰਨ ਸੇ ਡਰ ਲਗਤਾ ਹੈ, ਐਸਾ ਕਿਉਂ ਭਾਜੀ? ਉਨਕੀ ਇੱਕ ਤਾਂ ਬੋਲਿੰਗ ਬੜੀ ਖਤਰਨਾਕ ਥੀ ਜੀ, ਉੱਪਰ ਤੇ ਸ਼ਕਲ ਔਰ ਉੱਪਰ ਉੱਪਰ ਦੇ ਐਕਸਪ੍ਰੈਸ਼ਨ। ਸ਼ਹਿਰੀ ਪਾ ਕੇ ਸਾਥ ਉਹ ਕਾਫੀ ਖੇਲੇ, ਮੇਰੇ ਤੋਂ ਰਿਟਾਇਰਮੈਂਟ ਉਨਕੀ ਰਿਟਾਇਰਮੈਂਟ ਟਾਈਮ ਸ਼ੁਕਰ ਹੈ ਕਿ ਉਨਕੀ ਰਿਟਾਇਰਮੈਂਟ ਹੋ ਰਹੀ ਹੈ। ਮਤਲਬ ਉਸਕੋ ਮੁਰਲੀ ਸੇ ਡਰ ਲਗਤਾ ਹੈ, ਮੁਰਲੀ ਕੋ ਮੁਝਸੇ ਡਰ ਲਗਤਾ ਹੈ। ਅੱਛਾ, ਸ਼ਹਿਰੀ ਪਾ ਤਾਂ ਬਹੁਤ ਛੱਕੇ ਖਾਤੇ ਥੇ ਔਰ ਹਮਾਰੇ ਛੱਕੇ ਛੁੜਾ ਦੇਤਾ ਥਾ ਮੁਰਲੀਧਰਨ। ਹਾਂ ਅੱਛਾ, ਤੋ ਬੇਸਿਕਲੀ ਆਪਕੋ ਐਕਸਪ੍ਰੈਸ਼ਨ ਸੇ ਵੀ ਡਰ ਲਗਤਾ ਥਾ ਕਿ ਜਬ ਬਾਲ ਫੇਂਕਨੇ ਆਤੇ ਥੇ। ਅੱਛਾ, ਕ੍ਰਿਕਟ ਕੀ ਬਾਤ ਚੱਲ ਰਹੀ ਹੈ ਤੋ ਸਚਿਨ ਸਰ ਕਾ ਜ਼ਿਕਰ ਨਾ ਹੋ, ਐਸਾ ਹੋ ਹੀ ਨਹੀਂ ਸਕਤਾ। ਭਾਜੀ ਆਪਨੇ ਇੱਕ ਬਾਰ ਇਹ ਪਿਆਰ ਦੇਖੀਏ, ਸਚਿਨ ਸਰ ਆਪਕੋ ਲੋਕ ਕਿਤਨਾ ਕਰਤੇ ਹੈ ਔਰ ਆਪ ਹੈ ਕਿ ਹਰ ਬਾਰ ਮੁਝੇ ਮਨਾ ਕਰ ਦੇਤੇ ਹੈ, ਬਟ ਹਮ ਡੀਟ ਹੈ, ਹਮ ਲਗੇ ਰਹੇਂਗੇ ਬਿਕੋਜ਼ ਵੀ ਲਵ ਯੂ। ਭਾਜੀ ਆਪਨੇ ਇੱਕ ਬਾਰ ਫਲੋ ਫਲੋ ਮੇਂ ਉਨਕੋ ਕਿਆ ਗ੍ਰੈਂਡਪਾ ਬੋਲ ਦਿਆ ਥਾ, ਕਿਸ ਹਿਸਾਬ ਸੇ? ਮਤਲਬ ਉਹ ਰਨਸ ਕੇ ਹਿਸਾਬ ਸੇ ਜਾਂ ਉਨਕੇ ਐਕਸਪੀਰੀਅੰਸ ਕੇ ਹਿਸਾਬ ਸੇ? ਐਕਸਪੀਰੀਅੰਸ ਕੇ ਹਿਸਾਬ ਸੇ, ਰਨਸ ਵੀ ਇਤਨੇ, ਐਕਸਪੀਰੀਅੰਸ ਵੀ ਇਤਨੇ, ਮੈਨੇ ਉਨਕੋ ਗੋਡ ਫਾਦਰ ਬੋਲਾ ਥਾ, ਮੀਡੀਆ ਨੇ ਐਸੀ ਗ੍ਰੈਂਡ ਫਾਦਰ ਬੋਲ ਦਿਆ। ਤੋ ਬਾਅਦ ਮੈਂ ਆਪਨੇ ਐਕਸਪਲੇਨ ਨਹੀਂ ਕੀਤਾ, ਮੈਨੂੰ ਤਾਂ ਬਾਅਦ ਮੈਂ ਕੀਆ, ਮੈਨੇ ਉਨਕੋ ਬੋਲਾ ਕਿ ਮੈਨੇ ਐਸਾ ਨਹੀਂ ਬੋਲਾ, ਕਹਤੇ ਮੁਝੇ ਪਤਾ ਤੂਨੇ ਕਿਆ ਬੋਲਾ ਹੈ, ਤੋ ਤੇਰੇ ਵੀ ਬੜੇ ਨਾਮ ਹੈ ਲੇਕਿਨ ਮੈਂ ਬੋਲਣਾ ਨਹੀਂ ਚਾਹਤਾ। ਆਈਏ ਯੂਵੀ ਭਾਜੀ ਪਲੀਜ਼ ਯਹਾਂ ਪੇ ਵਿਰਾਜਮਾਨ ਹੋ ਜਾਈਏ, ਢੇਰ ਸਾਰੀ ਬਾਤੇਂ ਕਰੇਂਗੇ ਯੁਵਰਾਜ ਸਿੰਘ ਸੇ। ਅੱਛਾ, ਮੈਨੇ ਇੱਕ ਚੀਜ਼ ਦੇਖੀ ਭਾਜੀ, ਆਪ ਸਭ ਲੋਕ ਕ੍ਰਿਕਟ ਇੰਡਸਟਰੀ ਸੇ ਜਿਤਨੇ ਵੀ ਲੋਕ ਆਤੇ ਹੈ, ਇਹ ਬੇਬਾਕ ਬੋਲਤੇ ਹੈ, ਕਿਉਂਕਿ ਇਹ ਉਸਕਾ ਨਤੀਜਾ ਵੀ ਹੈ ਕਿ ਆਪਸ ਮੇਂ ਆਪਕੀ ਦੋਸਤੀ ਬੜੀ ਅੱਛੀ ਹੈ ਔਰ ਇੱਕ ਸਪੋਰਟਸਮੈਨਸ਼ਿਪ ਹੈ ਆਪਕੇ ਅੰਦਰ। ਇੱਕ ਇੰਟਰਵਿਊ ਮੈਂ ਨਾ ਯੂਵੀ ਭਾਜੀ ਨੇ ਕਿਹਾ ਥਾ ਕਿ ਮੁਝੇ ਵੀ ਆਮ ਆਦਮੀ ਕੀ ਤਰ੍ਹਾਂ ਗੈਸ ਹੋਤੀ ਹੈ, ਤੋ ਚਲੋ ਗਰਾਊਂਡ ਮੇਂ ਤੋ ਠੀਕ ਹੈ ਭਾਜੀ, ਸਭ ਦੂਰ ਦੂਰ ਖੜੇ ਨਹੀਂ ਪਤਾ ਚਲਤਾ, ਵਿਕਟ ਕੀਪਰ ਕੋ ਪਤਾ ਚਲਦਾ, ਵਿਕਟ ਕੀਪਰ ਤਵੇ ਵਿਕਟ ਕੀਪਰ ਉਹਨੇ ਹੈਲਮੇਟ ਲਗਾਉਣੇ ਸ਼ੁਰੂ ਕਰ ਦਿਆ। ਨਹੀਂ ਪਰ ਵਹਾਂ ਖੇਲ ਕੇ ਮੈਦਾਨ ਮੇਂ ਜੋ ਫਾਸਟ ਬੋਲਰ ਆਤਾ ਨਾ, ਗੈਸ ਉੱਪਰ ਚੜ ਜਾਤੀ ਹੈ, ਮੈਂ ਬਤਾ ਰਹਾ ਹੂੰ ਤੁਝੇ, ਕੋਈ ਗੈਸ ਵੈਸ ਕੋ ਭੁੱਲ ਜਾਤਾ ਹੈ। ਮੇਰੇ ਕੋ ਲੱਗਤਾ ਪ੍ਰੈਸ਼ਰ ਸੇ ਕਈ ਵਾਰੀ ਬਨ ਵੀ ਜਾਤੀ ਹੈ। ਅਰੇ ਚਲੋ ਗਰਾਊਂਡ ਮੇਂ ਤੋ ਸਭ ਦੂਰ ਦੂਰ ਹੋਤੇ ਹੈ ਸਿਵਾਏ ਵਿਕਟ ਕੀਪਰ ਕੇ, ਜਬ ਆਪਸ ਮੇਂ ਗ੍ਰੀਨ ਰੂਮ ਮੇਂ ਬੈਠੇ ਹੋ ਕਭੀ ਤਬ ਕੁਛ ਐਸਾ ਗੜਬੜ ਹੋ ਜਾਏ, ਤੋ ਆਪ ਮਾਨ ਲੇਤੇ ਹੈ, ਸਵੀਕਾਰ ਕਰਤੇ ਹੈ ਕਿ ਮੈਂ ਹੀ ਥਾ ਵੋ ਆਦਮੀ, ਕਿ ਆਪ ਕਿਸੀ ਜੂਨੀਅਰ ਕੋ ਡਾਂਟ ਦੇਤੇ ਹੈ ਕਿ ਬਿਹੇਵ ਯੋਰ ਸੈਲਫ? ਐਕਚੁਅਲੀ ਬੱਜੂ ਇਹ ਕਰਤਾ ਤਾਰਾ, ਜੈਸੀ ਕਰਕੇ ਯਾਰ, ਜੈਸੀ ਕਰਤਾ ਯਾਰ, ਉਹ ਕੀ ਕਰ ਰਹੇ ਯਾਰ, ਤੋ ਆਈ ਥਿੰਕ ਦਿਸ ਵਾਸ ਇਹ ਇੱਕ ਬੱਜੀ ਕਾ ਐਕਟ ਥਾ, ਬਟ ਕਈ ਵਾਰੀ ਦੋਸਤੋ ਕੇ ਬੀਚ ਨਾ ਪ੍ਰਾਊਡਲੀ ਕਹਤੇ ਹੋਗੇ ਯਾਰ ਮੈਂ ਹੀ ਹੂੰ, ਆਪ ਵੀ ਤੋ ਕਈ ਵਾਰੀ ਕਰਤੇ ਹੋਗੇ ਤੋ ਕਹਤੇ ਹੋਗੇ ਯਾਰ ਸੈੱਟ ਪੇ ਨਹੀਂ ਹੋ, ਮਤਲਬ ਮਾਈਕ ਨਹੀਂ ਲਗਾ, ਤੋ ਆ ਗਈ ਤੋ ਪ੍ਰਾਊਡਲੀ ਯੂ ਸੇ ਕਿ ਇਟਸ ਬਾਈ ਯੂ, ਤੋ ਵੋ ਡ੍ਰੈਸਿੰਗ ਰੂਮ ਮੇਂ ਤੋ ਹਮ ਪ੍ਰਾਊਡਲੀ ਬੋਲਤੇ ਹੈਂਗੇ। ਅਬ ਕਈ ਇਹ ਲੜਕੋ ਕੀ ਬਾਤ ਬੜੀ ਅੱਛੀ ਲੱਗਤੀ ਭਾਜੀ ਮੁਝੇ, ਆਪਸ ਮੇਂ ਲੜਕੀਆਂ ਕਭੀ ਨਹੀਂ ਮਾਨਤੀ। ਬਿਲਕੁਲ, ਆਈ ਟੋਟਲੀ। ਤੂਨੇ ਵੈਸੇ ਇਹ ਗੈਸ ਕੀ PhD ਕੀ ਹੋਈ ਹੈ ਪੂਰੀ? ਮੈਨੇ ਕੀ ਨਹੀਂ ਭਾਜੀ, ਮੈਂ ਨਾ ਇੱਕ ਵਾਰ ਮੇਰੇ ਕਾਲਜ ਕੀ ਬਾਤ ਹੈ, ਮੇਰਾ ਇੱਕ ਦੋਸਤ ਥਾ, ਉਸਕੋ ਕਾਮ ਖਰਾਬ ਕਰ ਰਹਾ ਥਾ ਵੋ, ਤੋ ਉਸਨੇ ਕਿਹਾ ਕਿ ਇੰਸਟਾਲਮੈਂਟਸ ਮੇਂ ਫਿਨਿਸ਼ ਕੀਆ, 10%, 15, 20, 25, ਲਾਸਟ ਮੈਂ ਜਬ ਮੇਨ ਬਚਾ ਨਾ 35%, ਤੋ ਵੋ ਫਿਰ ਕੰਟਰੋਲ ਨਹੀਂ ਹੋਤਾ, ਵੋ ਫਿਰ ਕ੍ਰਚ ਕਰਕੇ ਹੋ ਗਿਆ। ਅੱਛਾ, ਕਿਉਂਕਿ ਵੈਰਾਈਟੀਆਂ ਹੋਤੀ ਹੈਂ, ਤੀਨ ਤਰੀਕੇ ਕੀ ਹੋਤੀ ਹੈ ਯੇ, ਯੇ ਏਕ ਤੋ ਹੋਤਾ ਹੈ ਜੋ ਸਾਇਲੈਂਟ ਡੈਥ ਹੋਤੀ ਹੈ, ਓ ਔਰ ਏਕ ਹੋਤੀ ਹੈ ਜੋ ਖੋੜ ਥੋੜ ਫਾੜ, ਉਸਕੋ ਭੈਂਸਾ ਸੁਰ ਕਹਤੇ ਹੈ, ਭੈਂਸਾ ਸੁਰ, ਔਰ ਥਰਡ ਥਰਡ ਦਾ ਬੱਚੋ, ਯਾ ਫਿਰ ਖੱਦਰ ਪਾੜ, ਮਤਲਬ ਖੱਦਰ ਫਟ ਗਿਆ। ਨੈਸ਼ਨਲ TV ਪੇ ਬੈਠ ਕੇ ਇਹ ਕਿਤਨੇ ਪੜ੍ਹੇ ਲਿਖੇ ਇੰਟੈਲੈਕਚੁਅਲ ਆਦਮੀ ਕੈਸੀ ਬਾਤੇਂ ਕਰ ਰਹੇ ਹੋ? ਟੀਮ ਮੇਂ ਜੋ ਸਭ ਸੇ ਜ਼ਿਆਦਾ ਦਿਲ ਖੋਲ ਕੇ ਪਾਰਟੀ ਕਰਤਾ ਹੈ, ਖਰਚ ਵੀ ਕਰਤਾ ਹੈ ਜੇਬ ਸੇ,
पार्टी तो सब दिल खोल के करते हैं पर खर्च कोई नहीं करता. खर्च कोई भी नहीं करता, टीम में कोई तो होगा. तो आप? मैं थोड़ा खर्चा जहीर थोड़ा करता है, बाकी कोई नहीं खर्चा करता. अच्छा, खाली एंजॉय. बाकी बड़े कंजूस हैं. हाँ. वो पादो पादो मतलब बाद में कर, जब बिल देने का टाइम आता यार वॉलेट भूल गया. अरे भाई, ऐसा कौन है जिसे आप सालों से जानते हैं, काफी सालों से, और आज तक उन्होंने कभी एक रुपया नहीं खर्चा किया? दादा दादा दादा. नहीं नहीं नहीं, मैंने दादा नहीं बोला. चेरी मैंने बोला, मैंने नहीं बोला. थोड़ा बनवा ले, मेरे कंधे में बंदूक चला रहा. मैंने कुछ नहीं बोला. चूहा रोटी लेके तेरी? Excuse me, मैं पापा को ढूंढ रही हूँ. अच्छा, पापा रोटी लेके भागा है? Hi, Yubi. Hello. आप आगे, मुझे लगा मोहरत वाले टाइम पे आने वाले थे, लेकिन anyways, आपने कुछ खाया पिया है कि आप ऐसे ही बैठे हैं? नहीं, मैं तो सिर्फ पानी मिला, खाने को कुछ मिला नहीं. अच्छा, इन लोगों का जब खुद खाने का दिल करता ना, हमारे मेहमानों से पूछने लगते हैं. ताकि हम उनके लिए कुछ मंगवाया तो बच्चा कुछ ये खा ले, भुक्कड़ कहेंगे. कब्बू, आज आखिरी दिन है, तुम्हें मेरे बारे में जो कुछ भी बोलना है बोल दो. एक बार मैं तुम्हारे हाथ से निकल गई ना, तब तुम खुद ढूंढते रहोगे सल्ला कहाँ है, सल्ला कहाँ है, और फिर मैं तुम्हें मिलूंगी नहीं. तुमने देसी दारू तो नहीं पी आज? नहीं. ये फालतू की बकवास बातें क्यों कर रही है मेरे साथ? अच्छा, रोज मैं काम की बातें करती हूँ. वैसे यू भी, मैं कैसे लग रही हूँ? बहुत सुंदर. मैं बताता हूँ, बरसात में कभी बिल्ली भीगी हुई देखी तूने? खबरदार, अगर तूने मेरी बेटी की तारीफ करके उसको बहलाने फुसलाने की कोशिश की तो. पापा, आप कहाँ चले गए थे? पता है, मैंने आपको हर वाइन शॉप में जाके ढूंढा. वैसे मैं कैसी लग रही हूँ? ऐसे लग रहा है जैसे परी को जॉन्डिस हो गया. परी कहते तो चलता. नहीं, मैं चलता, लेकिन मेरे को ऊपर वाले को बाद में मुंह भी तो दिखाना है ना. व्हाट अ क्रिकेटर. हाय युवराज. आजी बैठी रख सर, बैठी, आराम से बैठ के बात करिए. बैठी भाई, इनको ज्यादा. मेरे ऊपर गिर जाते तो मैंने हाथ पकड़ा हुआ था. कोई बात नहीं. आई एम डॉक्टर मिश्र गुलाटी. नाइस टू मीट यू. बीएमसी. ये कौन सी डिग्री है? बड़ा मशहूर चाइल्ड डॉक्टर. और ये अकेली डिग्री नहीं है मेरे पास, आई एम LBW आल्सो. ओह, LBW मतलब? देखो, इतने बड़े क्रिकेटर का इंटरव्यू ले रहे हैं, कितने महान क्रिकेटर सामने बैठे हैं, LBW का मतलब ही नहीं पता. बताओ क्या फायदा ऐसे आदमी का? LBW डिग्री कौन सी होती है? डिग्री LBW है ना, लार्ज बड़ा विस्की आउट. Congratulations to you. Thank you. For your engagement. Thank you. पर मैं कहना चाहूंगा एक चीज आप. आपने सुना ही होगा कि अंग्रेजों से भारत की आजादी हुई, लेकिन 70 साल बाद आप इंडिविजुअली अंग्रेज के गुलाम होने वाले हैं. यूवी, आप अगर अपनी नजर आसपास दौड़ाते तो इंडिया में भी एक सी एक लड़कियां हैं. I mean, मेरे जैसी. आपको पता नहीं है यूवी, 20-25 जगह मेरी बेटी के रिश्ते की बात चल रही है साइमल्टेनियसली. इनको भरोसा नहीं है ना कि एक जगह पे करेंगे हाँ होगी. आपको पता पाजी, ये आदमी हर जगह से राशन उधार लेके आता है, वो जब पैसे मांगते ना तो बेटी का रिश्ता ऑफर कर देते हैं. इट्स नॉट कंपल्सरी राशन वाला, मैं तो कहता हूँ वाइन शॉप वाला, पान शॉप वाला, सबसे बात चल रही है.
और मेरे को लगता है भी दो चार दिन में बात पक्की हो भी जाएगी। अभी पापा अब किसके मुंह लग रहे हैं? हम यूवी यहाँ पे हम मशीन का उद्घाटन करवाते हैं यूवी से। हाँ उद्घाटन भाई, मुहूर्त का समय निकला जा रहा है, जल्दी करो अभी उद्घाटन करते हैं। मैं सामान लेकर आती हूँ। सामान ले बेटा। लेट्स प्रोसीड। सबसे पहले भाई ये मैं थोड़ा सा ये पकड़ो बेटा, तुम मेरे को समय नहीं आ रहा, मदद करना आप ये पकड़े। ये क्या कर रहे हैं डॉक्टर साहब? ये मैं बैरिकेटिंग कर रहा हूँ, यहाँ बैरियर लगा रहा हूँ यहाँ पे, ताकि कोई फालतू आदमी मुहूर्त के टाइम अंदर ना आ जाए यहाँ पे। रस्में रीति रिवाज पूरे होंगे। ये आप इन्हें पहनाइए। चलिए इन्हें इन्हें पहनाइए भाई, मुहूर्त है। किस चीज का मुहूर्त? मुहूर्त है मेरी तो नहीं, ये तो गलत। एक मिनट। हाँ जी। हार तो गेस्ट को पहनाया जाता है, तो वो इनको क्यों पहनाएंगे? वैसे भी आजकल कौन पूरे रीति रिवाज फॉलो करता है? आप पहना दो बेटे, आप पहना दो पहले, आप पहना दो पहले। चलो आप भी पहना दो, बेटी है खुश हो जाएगी, छोटी सी तो है। चलिए मशीन का बटन दबा दीजिए। मशीन का बटन दबा दो। कौन सा? लाल ग्रीन ग्रीन लाल नहीं, ग्रीन ग्रीन ग्रीन। एक चक्कर लगा लो, मशीन देख लो। यूवी मशीन देखो, मशीन का एक चक्कर, मशीन चेक करो, मशीन देखो। ਡਾਕਟਰ ਗੁਲਾਟੀ ਨੇ ਹੈਜ਼ਲ ਦੇ ਆਉਣ ਤੋਂ ਪਹਿਲਾਂ ਹੀ ਨਾ ਉਹ ਕਹਿੰਦਾ ਗੱਲ ਵਾਲਾ ਚੱਲ ਰਿਹਾ ਸੀ, ਉਹਨੇ ਕਿਹਾ ਕੁੜੀ ਲਓ ਵਿਆਹ ਪਹਿਲੇ। ਵਾਈਨ ਵਾਲੇ ਨਾਲ ਵੀ ਗੱਲ ਚੱਲ ਰਹੀ ਸੀ, ਵਾਈਨ ਸ਼ਾਪ ਵਾਲੇ ਨਾਲ, ਸਾਰਿਆਂ ਨਾਲ ਹੀ। ਹਾਂ 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 ਸਹੀ ਹੈ। ਯੂਵੀ ਦੀ ਸ਼ਕਲ ਵੇਖਣ ਵਾਲੀ ਸੀ, ਯੂਵੀ ਪਰੇਸ਼ਾਨ ਹੋ ਗਿਆ। ਉਹਨੇ ਬਾਅਦ ਪੱਕੇ ਹੀ ਲੈਣਾ ਹੋ ਜਾਣਾ, ਤੇ ਉਹ ਜਿਹੜੀ ਬਾਹਰ ਬਿਠਾਈ ਹੈ ਉਹਦਾ ਕੀ ਕਰਨਾ? ਬਾਹਰ ਨਹੀਂ ਅੰਦਰ ਬੈਠੀ ਹੈ, ਉਹੀ ਆਏਗੀ। ਹਾਂ ਹੁਣ ਉਹਦੀ ਐਂਟਰੀ ਹੋਏਗੀ, ਮੈਨੂੰ ਲੱਗਦਾ ਅਗਲੇ ਐਪੀਸੋਡ ਦੇ ਵਿੱਚ, ਅਗਲੇ ਪਾਰਟ ਦੇ ਵਿੱਚ ਨਾ ਐਂਟਰੀ ਹੋਏਗੀ। ਵੇਖੀਏ ਫਿਰ ਅਗਲਾ ਪਾਰਟ। ਚਲੋ ਬਾਕੀ ਜੀ ਅਗਲੇ ਪਾਰਟ 'ਚ ਮਿਲਦੇ ਹਾਂ ਆਪਾਂ, ਅਤੇ ਵੇਖਦੇ ਹਾਂ ਕਿ ਅੱਗੇ ਕੀ ਹੁੰਦਾ ਹੈ।